ਕੋਈ ਵੀ ਸਿੱਖ ਪੰਥ ਕਿਆ ਕੋਈ ਵੀ ਜਿਹੜਾ ਹੈ ਧਰਮ ਹੈ ਉਹ ਕਦੀ ਨਹੀਂ ਚਾਹੇਗਾ ਕਿ ਉਹਨਾਂ ਦੇ ਧਰਮ ਵਿੱਚ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਇੰਟਰਫੇਰੈਂਸ ਰਹੇ ਔਰ ਇਹ ਸਿੱਖਾਂ ਦੇ ਦਿਲ ਦੇ ਬੜੇ ਨੇੜੇ ਹੈ ਮਸਲਾ ਹੈ ਵਾਲਾ ਕਿ ਕਿਸੇ ਵੀ ਸਿੱਖ ਇੰਸਟੀਟਿਊਸ਼ਨ ਵਿੱਚ ਚਾਹੇ ਉਹ ਗੁਰਦੁਆਰੇ ਹੋਣ ਚਾਹੇ ਗੁਰਧਾਮ ਹੋਣ ਚਾਹੇ ਹੋਰ ਵੀ ਕੋਈ ਇੰਸਟੀਟਿਊਸ਼ਨ ਹੋਣ ਉਹਨਾਂ ਵਿੱਚ ਕੋਈ ਵੀ ਸਰਕਾਰ ਦਖਲ ਅੰਦਾਜ਼ੀ ਨਾ ਕਰੇ ਹਾਂ ਸਰਕਾਰ ਆਪਣੇ ਵੱਲੋਂ ਕੋਈ ਮਦਦ ਕਰਨਾ ਚਾਹੇ ਕੁਛ ਸਹੂਲਤਾਂ ਦੇਣਾ ਚਾਹੇ ਉਹ ਦੇ ਸਕਦੀ ਪਰ ਪ੍ਰਬੰਧ ਵਿੱਚ ਜਿਹੜਾ ਹੈ ਉਹ ਸਰਕਾਰ ਦੀ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ ਹੈ ਜੋ ਕਿ ਪਿਛਲੇ ਦਿਨ ਅਸੀਂ ਦੇਖਿਆ ਕਿ ਮਹਾਰਾਸ਼ਟਰ ਦੀ ਸਰਕਾਰ ਨੇ ਇੰਟਰਫੇਰੈਂਸ 2014 ਤੋਂ ਐਕਟ ਵਿੱਚ ਅਮੈਂਡਮੈਂਟ ਕਰਕੇ ਉਹਨਾਂ ਨੇ ਕੀਤੀ ਹੋਈ ਹੈ ਔਰ ਇਨਡਾਇਰੈਕਟਲੀ ਉਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਉੱਥੇ ਆਪਣਾ ਨੋਮੀਨੀ ਐਜ਼ ਏ ਪ੍ਰਧਾਨ ਭੇਜਦੇ ਹਨ ਔਰ ਇਹ ਸਿੱਖਾਂ ਦਾ ਜਿਹੜਾ ਹੈ ਦਿਲ ਵਿੱਚ ਜਿਹੜਾ ਹੈ ਬੜਾ ਜਿਹੜਾ ਹੈ ਉਹ ਦੁਖੀ ਹੈ ਕਿ ਕਿਉਂ ਹਰ ਵਾਰੀ ਸਿੱਖਾਂ ਨਾਲ ਹੀ ਹੈ ਜਿਹੜਾ ਹੈ ਕੰਮ ਕੀਤਾ ਜਾਂਦਾ ਜੋ ਕਿ ਇੱਕ ਸਿੱਖਾਂ ਨੇ ਇਸ ਦੇਸ਼ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਪਰ ਫਿਰ ਵੀ ਅੱਜ ਤੱਕ ਸਿੱਖਾਂ ਦੀ ਜਿਹੜੀ ਉਹ ਕਦਰ ਨਹੀਂ ਪਾਈ ਜਾਂਦੀ ਉਹਨਾਂ ਨੂੰ ਓਵਰ ਪਾਵਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨਾਂ ਨੂੰ ਉਹਨਾਂ ਦੇ ਗੁਰਧਾਮਾਂ ਤੋਂ ਉਹਨਾਂ ਦੇ ਇੰਸਟੀਟਿਊਸ਼ਨ ਨੂੰ ਦੇ ਉੱਪਰ ਇੰਟਰੈਕਟ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਹੁਣ ਸੁਣੇ 'ਚ ਆਇਆ ਕਿ ਜਦ ਪ੍ਰੈਸ਼ਰ ਬਣਿਆ ਹੈ ਸੰਗਤਾਂ ਦਾ ਸਿੱਖ ਸਮਾਜ ਦਾ ਪੂਰੇ ਸਿੱਖ ਪੰਥ ਦਾ ਪ੍ਰੈਸ਼ਰ ਬਣਿਆ ਹੈ ਸਰਕਾਰਾਂ ਉੱਤੇ ਅਤੇ ਹੁਣ ਇੱਕ ਸਟੇਟਮੈਂਟ ਜਿਹੜੀ ਹੈ ਅਕਾਲੀ ਦਲ ਬਾਦਲ ਉਹਨਾਂ ਵੱਲੋਂ ਨਿਕਲ ਕੇ ਆਈ ਹੈ ਕਿ ਅਸੀਂ ਜੇ BJP ਵੱਲੋਂ ਜਿਹੜਾ ਹੈ ਸਿੱਖ ਇੰਸਟੀਟਿਊਸ਼ਨ ਵਿੱਚ ਇੰਟਰਫੇਰੈਂਸ ਬੰਦ ਨਾ ਹੋਈ ਤਾਂ ਅਸੀਂ ਉਹਨਾਂ ਨਾਲ ਅਲਾਇੰਸ ਤੋੜ ਦੇਵਾਂਗੇ ਇਹਦੇ ਪਿੱਛੇ ਇੱਕ ਬੜੀ ਸੋਚਣ ਦੀ ਉਹ ਬੜੀ ਸਮਝਣ ਦੀ ਲੋੜ ਹੈ ਸਿੱਖ ਪੰਥ ਨੂੰ ਕਿ ਇਹ ਸਟੇਟਮੈਂਟ ਜਿਹੜੀ ਹੈ ਉਹ ਅਕਾਲੀ ਦਲ ਵੱਲੋਂ ਆਈ ਹੈ ਕਿਉਂਕਿ ਉਹਨਾਂ ਨੂੰ ਸਮਝ ਆ ਗਿਆ ਹੁਣ ਅੱਗੇ ਲੋਕ ਸਭਾ ਦੇ ਚੋਣ ਆ ਰਹੇ ਹਨ ਅਕਾਲੀ ਦਲ ਦਾ ਜਿਹੜਾ ਮੇਨ ਸਟੇਟ ਜਿਹੜਾ ਜਿੱਥੇ ਅਕਾਲੀ ਦਲ ਬੇਸਡ ਹੈਗੀ ਹੈ ਉਹ ਪੰਜਾਬ ਹੈਗਾ ਔਰ ਪੰਜਾਬ ਵਿੱਚ ਵੀ ਜਿਹੜਾ ਹੈ ਜਿਹੜਾ ਉਹਨਾਂ ਦਾ ਵੋਟਰ ਬੇਸ ਹੈਗਾ ਉਹ ਬੇਸਿਕਲੀ ਸਿੱਖ ਵੋਟਰ ਬੇਸ ਹੈਗਾ ਸੀ ਜਦ ਕਦੀ ਪੰਜਾਬ ਵਿੱਚ ਇਹਨਾਂ ਨਾਲ BJP ਨਾਲ ਅਲਾਇੰਸ ਰਿਹਾ ਹੈ ਸੋ ਉਹ ਅੰਡਰਸਟੈਂਡਿੰਗ ਹੁੰਦੀ ਸੀ ਕਿ ਦੋਨੋਂ ਸਾਂਝਾ ਕੈਂਡੀਡੇਟ ਖੜ੍ਹਾ ਕਰਦੇ ਸਨ ਅਤੇ ਅਕਾਲੀ ਆਪਣੇ ਵੱਲੋਂ ਸਿੱਖਾਂ ਦੀ ਵੋਟਾਂ ਪਾਉਂਦੇ ਸਨ ਉਸ ਕੈਂਡੀਡੇਟ ਨੂੰ ਅਤੇ BJP ਨੌਨ ਸਿੱਖਾਂ ਦੀ ਵੋਟਾਂ ਉਸ ਕੈਂਡੀਡੇਟ ਨੂੰ ਪਾਉਂਦੀ ਸੀ ਚਾਹੇ ਉਹ ਕੈਂਡੀਡੇਟ BJP ਦਾ ਹੋਵੇ ਚਾਹੇ ਉਹ ਅਕਾਲੀ ਦਲ ਦਾ ਹੋਵੇ ਪਰ ਹੁਣ ਇਹ ਸਾਰੇ ਇੰਸੀਡੈਂਟ ਤੋਂ ਬਾਅਦ ਜਿਸ ਹਿਸਾਬ ਨਾਲ ਅਕਾਲੀ ਦਲ ਨਾਮ ਹੋਈ ਹੈ ਜਿਸ ਹਿਸਾਬ ਨਾਲ ਐਕਸਪੋਜ਼ ਹੋਈ ਹੈ ਕਿ ਅਕਾਲੀ ਦਲ ਬਿਲਕੁਲ BJP ਦੇ ਹੱਥਾਂ 'ਚ ਖੇਡਦੀ ਰਹੀ ਹੈ ਪਿਛਲੇ ਕਾਫੀ ਟਾਈਮ ਤੋਂ ਜੋ ਗੱਲ ਸਿੱਖਾਂ ਨੂੰ ਸਿੱਖ ਪੰਥ ਨੂੰ ਪੂਰੀ ਤਰ੍ਹਾਂ ਸਮਝ ਆ ਗਈ ਹੈ ਹੁਣ ਸੋ ਸਿੱਖਾਂ ਨੇ ਇੱਕ ਅੰਦਰ ਹੀ ਅੰਦਰ ਮਨ ਬਣਾ ਲਿਆ ਹੈ ਕਿ ਇਸ ਵਾਰੀ ਅਕਾਲੀਆਂ ਨੂੰ ਅਸੀਂ ਵੋਟ ਨਹੀਂ ਪਾਉਣਾ ਕਿਉਂਕਿ BJP ਜਿਹੜੀ ਹੈ ਉਹ ਸਾਡੇ ਗੁਰਧਾਮਾਂ ਅਤੇ ਇੰਸਟੀਟਿਊਸ਼ਨ 'ਤੇ ਸਾਡਾ ਕਬਜ਼ਾ ਕਰਨਾ ਚਾਹੁੰਦੀ ਔਰ ਨੀਅਤ ਕਿੱਥੇ ਨਾ ਕਿੱਥੇ BJP ਦੀ ਠੀਕ ਨਹੀਂ ਹੈ ਸਿੱਖਾਂ ਵੱਲ ਜਿਹੜੀ ਨੀਅਤ ਸਾਫ਼ ਨਹੀਂ ਹੈਗੀ ਹੈ ਸੋ ਇਹ ਗੱਲ ਜਿਹੜੀ ਹੈ ਅਕਾਲੀ ਦਲ ਨੂੰ ਸਮਝ ਆਈ ਹੈ ਉਹਨਾਂ ਨੇ ਹੁਣ ਇਲੈਕਸ਼ਨਾਂ ਤੋਂ ਮਹੀਨਾ ਦੋ ਮਹੀਨੇ ਪਹਿਲੇ ਉਹਨਾਂ ਇੱਕ ਡਰਾਮਾ ਕਰਨਾ ਸ਼ੁਰੂ ਕਰਤਾ ਹੈ ਕਿ 2 ਮਹੀਨੇ ਬਾਅਦ ਇਲੈਕਸ਼ਨ ਆ ਰਹੇ ਹਨ ਉਹਨਾਂ ਨੂੰ ਪਤਾ ਕਿ ਜੇ BJP ਨਾਲ ਅਲਾਇੰਸ ਅਸੀਂ ਗਏ ਪੰਜਾਬ ਇਲੈਕਸ਼ਨ ਲੜਨ ਤਾਂ ਸਾਨੂੰ ਸਿੱਖ ਵੋਟ ਨਹੀਂ ਪੈਣਾ ਸੋ ਆਪਣਾ ਸਿੱਖ ਵੋਟ ਨੂੰ ਬਚਾਉਣ ਵਾਸਤੇ ਹੁਣ ਇਹਨਾਂ ਨੇ ਡਰਾਮਾ ਸ਼ੁਰੂ ਕਰਤਾ ਹੈ ਔਰ ਕੋਈ ਵੱਡੀ ਗੱਲ ਨਹੀਂ ਕਿ ਆਉਣ ਵਾਲੇ ਕੁਝ ਚਿਹਰੇ ਵਿੱਚ ਜਿਹੜੇ ਕੇਂਦਰ ਵਿੱਚ ਜਿਹੜੇ ਮੰਤਰੀ ਨੇ ਅਕਾਲੀ ਦਲ ਬਾਦਲ ਦੇ ਕੋਟੇ ਵਿੱਚ ਉਹ ਵੀ ਸ਼ਾਇਦ ਡਰਾਮਾ ਕਰਕੇ ਰਿਜ਼ਾਈਨ ਕਰ ਦੇਣ ਕਿਉਂਕਿ 2 ਮਹੀਨੇ ਦੀ ਸਰਕਾਰ ਰਹਿ ਗਈ ਹੈ 2 ਮਹੀਨੇ ਨਾਲ ਕੋਈ ਫਰਕ ਨਹੀਂ ਪੈਣਾ ਤਾਂ ਉਹ ਵੀ ਸ਼ਾਇਦ ਇਸ ਮੁੱਦੇ ਤੋਂ ਉੱਪਰ ਡਰਾਮਾ ਕਰਦੇ ਹੋਏ ਸਿੱਖ ਪੰਥ ਨੂੰ ਦੁਬਾਰਾ ਬੇਵਕੂ ਬਣਾਉਂਦੇ ਹੋਏ ਰਿਜ਼ਾਈਨ ਵੀ ਕਰ ਦੇਣ ਦੇਖੋ ਜੀ ਮੈਂ ਤਾਂ ਸਿੱਖ ਪੰਥ ਦੇ ਹਿੱਤਾਂ ਵਾਸਤੇ ਰਿਜ਼ਾਈਨ ਕਰਤਾ ਹੈ ਸੋ ਪਰ ਬੇਸਿਕਲੀ ਗੱਲ ਹੈ ਕਿ ਇਹਨਾਂ ਨੂੰ ਸਮਝ ਆ ਗਿਆ ਅਕਾਲੀਆਂ ਨੂੰ ਕਿ ਜੇ ਅਸੀਂ ਪੰਜਾਬ ਵਿੱਚ ਜੇ ਅਸੀਂ ਬੇਸ ਬਣਾਉਣਾ ਹੈ ਕਿਉਂਕਿ ਬੇਸ ਸਿਰਫ ਸਿੱਖ ਵੋਟਰ ਦਾ ਜਿਹੜਾ ਬੇਸ ਉਹ ਅਕਾਲੀਆਂ ਦਾ ਹੈਗਾ ਸੀ ਉਹ ਬਿਲਕੁਲ ਹਟ ਗਿਆ ਇਹਨਾਂ ਤੋਂ ਜਦ ਤੋਂ ਜਿਹੜੇ ਵੀ ਪਿੱਛੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਜਾਂ ਸੋਹਦਾ ਸਾਧ ਦੀ ਇਹਨਾਂ ਨੇ ਜੋ ਇੰਸੀਡੈਂਟ ਜੋ ਮਾਫੀ ਕਰਾਈ ਹੈ ਔਰ ਹੋਰ ਵੀ ਜਿਹੜੇ ਕੰਮ ਇਹਨਾਂ ਨੇ ਕੀਤੇ ਨੇ ਉਸ ਕਰਕੇ ਸਿੱਖ ਵੋਟਰਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਟੁੱਟ ਗਿਆ ਅਕਾਲੀਆਂ ਤੋਂ ਅਤੇ ਉਹਨਾਂ ਨੂੰ ਮੁੜ ਬਹਾਲ ਕਰਨ ਵਾਸਤੇ ਇਹਨਾਂ ਨੇ ਇੱਕ ਜਿਹੜਾ ਹੈ ਇੱਕ ਸਿਸਟਮ ਕੱਢਿਆ ਹੈ ਇੱਕ ਪੱਤਾ ਸੁੱਟਿਆ ਹੈ ਕਿ ਅਸੀਂ ਕਹਿ ਕੇ ਦੇਖੀਏ ਕਿ ਅਸੀਂ ਅਕਾਲੀ BJP ਨਾਲ ਜਿਹੜਾ ਟੈਪ ਨਹੀਂ ਕਰਾਂਗੇ ਤਾਂ ਸ਼ਾਇਦ ਸਾਨੂੰ ਪੰਜਾਬ ਦੀ ਸਾਨੂੰ ਕੋਈ ਸਿੱਖ ਵੋਟ ਸਾਨੂੰ ਮਿਲ ਜਾਏ ਸੋ ਸਾਨੂੰ ਬੜਾ ਸੁਚੇਤ ਰਹਿਣਾ ਪਏਗਾ ਸਾਰੇ ਸਿੱਖ ਵੋਟਰਾਂ ਨੂੰ ਬੇਸਿਕਲੀ ਜਿਹੜੇ ਪੰਜਾਬ ਵਿੱਚ ਹੈਗੇ ਨੇ ਖਾਸ ਤੌਰ 'ਤੇ ਉਹਨਾਂ ਨੂੰ ਸੁਚੇਤ ਰਹਿਣਾ ਪਏਗਾ ਕਿ ਚਾਹੇ ਉਹ ਅਕਾਲੀ ਦਲ ਇਕੱਲੀ ਲੜੇ ਇਲੈਕਸ਼ਨ ਚਾਹੇ BJP ਨਾਲ ਲੜੇ ਬਾਕੀ ਸਿੱਖ ਵੋਟਰ ਬੜਾ ਸੁਚੇਤ ਹੈ ਬੜਾ ਜਾਗਰੂਕ ਹੈ ਅੱਜ ਦੀ ਡੇਟ ਵਿੱਚ ਔਰ ਆਉਣ ਵਾਲੇ ਜਿਹੜੇ ਇਲੈਕਸ਼ਨ ਨੇ ਉਹਦੇ 'ਚ ਪਤਾ ਲੱਗ ਜਾਣਾ ਸਿੱਖਾਂ ਨੇ ਕਿਹੜੇ ਪਾਸੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ